जो ये प्रॉपर ठीक हो जाएंगे फिर सोचूंगी देनी है कि नहीं देनी। दस की हाल बनाया रसोई का, किन्नी मिट्टी जमी पई है, डब्बियां ते भी मिट्टी जमी पई है, आ कुकर आता झूठे इत्थे रखे होए। तुसी रहन दो इस दुकान ते जान नू, रेस्ट कर लो करे। हर धी दा दुख लगदा है, इसे करके मैं तुहानू दसण आ गई। खाओ कुड़ी दी सौं ते दसो केड़ा दुख है। हुण लापरी ता आ मकान दुकान गड्डियां कारां प्लाट सब मम्मी दे हाथ है। एक मिनट उठो जी, क्यों बच्चे वांगू रोन लगे होए हो? क्यों ना रोवा, मैं सिर्फ नौकर हां, कुछ नहीं मेरे कोल। क्यों नौकर क्यों हो तुसी, इतनी जगह है, कुछ भी नहीं हैगा थोड़े नाम। अद्धिया प्रॉपर्टियां मेरी मां दे नाम है ते अद्धिया मेरे वड्डे भरा दे, दिल्ली बैठा आहो। फिर तुसी अपने हक पीछे कदे बोले भी नहीं। मेरे भरा राज ने ना दिल्ली च बहुत कुछ बना लिया, ता मेरी मां नु ऐदा लगदा कि ओहो काबल है, मेरे पल्ले कख नहीं। हद हो गई है, तुसी कुछ बोलो, रोला ता पाओ। बहुत रोला पा के देख लिया मैं, मेरी कौन सुनदा, शराबी कह के बिठा दिंदे ने। ए ता नहीं हो सकदा जी, सांझे परिवार विच जे कुछ जद्दी होवे ते ओदा हिस्सा ता मिलदा ही है। ओ जद्दी वाला ता सारा कुछ बेच के आपां लुधियाणे आए हैं, इत्थे आके सारा कुछ बनाया है। जी ऐ ता थोनू बोलना ही पैना है, बच्चिया नाम आपा की करांगे, जे थोनू दुकान तो जा घरों काढ दित्ता ते आपा किथे जाना है। बस यही दुख है, मेरी कोई सुनदा नहीं, ताही ता रोज पी के आना मैं। तुसी फिकर ना करो, मैं तुहाडे नाल मोढे दे नाल मोढा ला के खड़ी हां, पर तुसी अपनी सेहत ना खराब करो, अपने हक पिछे लड़ो। ओ अज कल रिश्तेदार भी उहनां दी सुनदा है, जेहड़ा पल्ले कुछ होवे ते रिश्तेदार भी उहनां वलदे ही ने। बस फिर हुण ਤੁਸੀਂ ਜੋ ਟੈਨਸ਼ਨ ਲੈਣੀ ਸੀ ਹੁਣ ਤੱਕ ਲਈ ਗਏ, ਪਰ ਹੁਣ ਆਪਾਂ ਆਪਣਾ ਹੱਕ ਇਹਨਾਂ ਤੋਂ ਲੈ ਕੇ ਹੀ ਰਵਾਂਗੇ। ਤੂੰ ਲਾਪਰੀ ਤਾਂ ਹਲੇ ਕੋਈ ਰੋਲਾ ਨਹੀਂ ਪਾਣਾ, ਜਦੋਂ ਲੋੜ ਹੋਈ ਨਾ ਮੈਂ ਤੈਨੂੰ ਆਪ ਹੀ ਦੱਸੂਗਾ। ਜੀ ਇਹ ਤਾਂ ਹੁਣ ਤੁਹਾਡੀ ਮੰਮੀ ਨੂੰ ਚਾਹੀਦਾ ਸੀਗਾ ਕਿ ਦੋ ਮੁੰਡੇ ਨੇ, ਵਿੱਚ ਵਿਤਕਰਾ ਤਾਂ ਨਹੀਂ ਕਰਨਾ ਚਾਹੀਦਾ। ਉਹ ਸਾਰੇ ਨਾ ਰਾਜ ਦੀ ਸੁਣਦੇ ਨੇ, ਮੇਰੀ ਨਹੀਂ ਕੋਈ ਸੁਣਦਾ। ਚਲੋ ਮੇਰੀ ਗੱਲ ਸੁਣੋ, ਆਪਾਂ ਤੁਹਾਡੇ ਭਰਾ ਕੋਲ ਦਿੱਲੀ ਜਾ ਕੇ ਆਉਂਦੇ ਹਾਂ, ਉਹਦੇ ਨਾਲ ਬਹਿ ਕੇ ਹੀ ਗੱਲ ਕਰਾਂਗੇ। ਉਹ ਲਾਲਚੀ ਬੰਦੇ ਨੇ ਆਪਣੇ ਸਖੇ ਦੀ ਨਹੀਂ ਸੁਣੀ, ਤੇਰੀ ਕਿੱਥੋਂ ਸੁਣ ਲੂਗਾ। ਕੋਈ ਗੱਲ ਨਹੀਂ ਜੀ, ਤੁਸੀਂ ਟੈਨਸ਼ਨ ਨਾ ਲਓ, ਸਭ ਠੀਕ ਹੋ ਜਾਊਗਾ, ਪਰ ਤੁਸੀਂ ਪੀਣੀ ਨਹੀਂ ਅੱਜ ਤੋਂ ਬਾਅਦ। ਚੱਲ ਤੇ ਮੈਨਾਂ ਪੁੱਤ, ਤੇਰੇ ਸਕੂਲ ਦਾ ਕੰਮ ਕਰਾ ਦੇਵਾਂ ਤੇ ਤੁਹਾਨੂੰ ਰੋਟੀ ਬਣਾ ਦਿੰਦੀ ਹਾਂ। ਮੰਮੀ ਕੀ ਹੋਇਆ, 10 ਮਿੰਟ ਹੋ ਗਏ ਸਾਨੂੰ ਦੋਨਾਂ ਨੂੰ ਇੱਥੇ ਬਿਠਾ ਕੇ ਘੂਰੀਆਂ ਵੱਟੀ ਜਾਂਦੇ ਹੋ, ਜੇ ਕੋਈ ਗੱਲ ਹੈ ਕਰਨ ਵਾਲੀ ਤਾਂ ਗੱਲ ਕਰੋ। ਜੈਸਮੀਨ ਕਿੱਥੇ ਹੈ, ਉਹਨੂੰ ਵੀ ਨਾ ਬੁਲਾ ਕੇ ਲਿਆ, ਅੱਜ 4 ਦਿਨ ਹੋਇਆ ਮਾਂ ਨੂੰ ਬੇਵਕੂਫ ਬਣਾਇਆ, ਤੁਹਾਡੀ ਕਲਾਸ ਤਾਂ ਮੈਂ ਲਾਨੀ ਆ। ਮੰਮੀ ਜੈਸਮੀਨ ਭਾਬੀ ਤਾਂ ਬਿਮਾਰ ਆ, ਆਪਦੇ ਕਮਰੇ 'ਚ ਪਏ ਨੇ, ਤੁਹਾਨੂੰ ਪਤਾ ਹੀ ਹੈ, ਤੇ ਨਾਲੇ ਤੁਹਾਡੀ ਵੀ ਸਿਹਤ ਨਾ ਡਾਊਨ ਆ, ਜ਼ਿਆਦਾ ਉੱਚੀ ਨਾ ਬੋਲੋ, ਗੱਲ ਕੀ ਹੋਈ ਹੈ ਤੁਸੀਂ ਗੱਲ ਸਾਨੂੰ ਹੀ ਦੱਸ ਦਿਓ ਨਾ। ਹਰ ਤੀਜੇ ਦਿਨ ਲਵਪ੍ਰੀਤ ਦੇ ਘਰ ਤੁਰੇ ਹੋਏ ਹੋ, ਕਦੇ ਤਾਂ ਜੈਸਮੀਨ ਚੱਲ ਜਾਂਦੀ ਹੈ, ਕਦੇ ਤੁਸੀਂ ਦੋਨੋਂ ਤੁਰੇ ਹੋਏ ਹੋ, ਚੱਲ ਕੀ ਰਿਹਾ ਮੈਨੂੰ ਦੱਸੋਗੇ ਜ਼ਰਾ। ਮੰਮੀ ਉਹਦੀ ਸੱਸ ਤੇ ਨਨਾਣ ਨਾ ਦੂਜੇ ਘਰ ਚਲ ਗਏ ਨੇ ਤੇ ਕੁੜੀ ਉੱਥੇ ਘਰੇ ਇਕੱਲੀ ਰਹਿੰਦੀ ਹੈ, ਅਸੀਂ ਤੇ ਤਾਂ ਗੇੜਾ ਮਾਰ ਆਉਂਦੇ ਹਾਂ, ਚਲੋ ਕੁੜੀ ਨੂੰ ਹੋਵੇ ਮੈਂ ਇਕੱਲੀ ਨਹੀਂ ਹੈਗੀ। ਜੈਸਮੀਨ ਤਾਂ ਬਿਮਾਰ ਹੈ ਨਾ, ਉਹ ਤਾਂ ਬਚ ਜੂਗੀ, ਪਰ ਤੁਸੀਂ ਨਹੀਂ ਬਚਦੇ, ਲਵਪ੍ਰੀਤ ਆਪਣੇ ਘਰ ਐਡੀ ਔਖੀ ਹੋ ਕੇ ਰਹਿ ਰਹੀ ਹੈ, ਤੁਹਾਡਾ ਫਰਜ਼ ਮਾਂ ਨੂੰ ਬਣਦਾ ਨਹੀਂ ਦੱਸਣਾ। ਨਹੀਂ ਮੰਮੀ, ਲਵਪ੍ਰੀਤ ਆਪਣੇ ਘਰੇ ਸੌਖੀ ਵੀ ਹੈ ਅਤੇ ਨਾਲੇ ਖੁਸ਼ ਵੀ ਹੈ ਬੱਚਿਆਂ ਨਾਲ, ਜੇ ਕੋਈ ਤੁਹਾਨੂੰ ਗੱਲ ਪਤਾ ਵੀ ਲੱਗੀ ਹੈ ਨਾ ਤਾਂ ਉਹ ਝੂਠੀ ਹੋਊਗੀ। ਮੇਰੇ ਕੋਲ ਨਾ ਗੀਤਾ ਆਈ ਸੀਗੀ, ਦੀਪੂ ਦੀ ਮਾਸੀ ਦੀ ਕੁੜੀ, ਉਹ ਕਹਿੰਦੀ ਦੀਪੂ ਦਾ ਦਿਨ ਰਾਤ ਸ਼ਰਾਬ ਹੀ ਬੜੀ ਪੀਂਦਾ। ਹੁਣ ਕੀ ਸੋਚੀ ਪੈ ਗਏ ਹੋ, ਦੱਸੋ ਪੀਂਦਾ ਨਾ ਦੀਪੂ ਸ਼ਰਾਬ? ਮੰਮੀ ਸ਼ਰਾਬ ਤਾਂ ਸਾਰੀ ਦੁਨੀਆ ਪੀਂਦੀ ਹੈ। ਹਾਂ ਪੀਂਦਾ ਦੀਪੂ, ਪਰ ਵਿਆਹ ਸ਼ਾਦੀ ਜਾਂ ਕਿਸੇ ਫੰਕਸ਼ਨ ਤੇ ਜਾਣਾ ਹੋਵੇ ਤਾਂ ਪੀਂਦਾ, ਨਾਲੇ ਉਹ ਨਿੱਤ ਦਾ ਆਦੀ ਨਹੀਂ ਹੈਗਾ। ਚਾਹੇ ਕਦੇ ਕਦੇ ਪੀਂਦਾ, ਪੀਂਦਾ ਤਾਂ ਹੈ ਨਾ, ਤੈਨੂੰ ਪਤਾ ਨਾ ਆਪਣੀ ਲਵਪ੍ਰੀਤ ਨੂੰ ਸ਼ਰਾਬ ਪੀਣ ਵਾਲਾ ਬੰਦਾ ਨਹੀਂ ਪਸੰਦ ਹੈਗਾ, ਕਿੱਦਾਂ ਸਾਰੀ ਉਮਰ ਕੱਟੂਗੀ ਉਹਦੇ ਨਾਲ। ਮੰਮੀ ਅਸੀਂ ਲਵਪ੍ਰੀਤ ਨੂੰ ਨਾ ਸਮਝਾਤਾ ਸੀ ਤੇ ਉਹ ਕਹਿੰਦੀ ਕਿ ਮੈਂ ਔਖੀ ਸੌਖੀ ਹੋ ਕੇ ਕੱਟ ਲਾਂਗੀ, ਪਰ ਮੈਂ ਇਹ ਘਰ ਨਹੀਂ ਖਰਾਬ ਕਰਦੀ। ਨਾਲੇ ਮੰਮੀ ਤੁਸੀਂ ਵੀ 3-4 ਦਿਨਾਂ ਤੋਂ ਬਿਮਾਰ ਸੀਗੇ, ਅਸੀਂ ਤਾਂ ਹੀ ਤੁਹਾਨੂੰ ਕੋਈ ਗੱਲ ਨਹੀਂ ਦੱਸੀ। ਜਿਹੜਾ ਮੈਂ ਦਵਾਈ ਖਾ ਕੇ ਥੋੜਾ ਬਹੁਤਾ ਠੀਕ ਹੋਣਾ ਸੀ ਨਾ, ਆ ਕੁੜੀ ਦੀ ਟੈਨਸ਼ਨ ਨੇ ਤਾਂ ਮੈਨੂੰ ਹੋਰ ਬਿਮਾਰ ਕਰਤਾ, ਤੁਹਾਡੇ ਸਾਰਿਆਂ ਦਾ ਨਾ ਫਰਜ਼ ਬਣਦਾ ਸੀ ਮੈਨੂੰ ਦੱਸਣਾ। ਮੰਮੀ ਤੁਸੀਂ ਹੁਣ ਟੈਨਸ਼ਨ ਨਾ ਲਓ, ਅਸੀਂ ਦੀਪੂ ਨੂੰ ਬਿਲਕੁਲ ਠੀਕ ਕਰ ਦੇਣਾ ਤੇ ਲਵਪ੍ਰੀਤ ਹੁਣ ਉਸੇ ਘਰ 'ਚ ਹੀ ਵਸੂਗੀ। ਨਾਲੇ ਮੰਮੀ ਹੁਣ ਰੋਲਾ ਪਾਏ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ, ਐਵੇਂ ਗੱਲ ਹੀ ਵਧੂਗੀ, ਇਸ ਕਰਕੇ ਚੁੱਪ ਚਪੀਤੇ ਜੋ ਹੁੰਦਾ ਉਹੀ ਕਰਦੇ ਹਾਂ।
एक बार मैं गलता करके आवा ओदी मां नाल, अगे बड़िया मिठिया पा रही सीगी, ए तो हुण पता लग्या भी मुंडा ओदा शराबी सी। मम्मी ओदी मां नाल गल करन दा कोई फायदा नहीं हैगा, असी दवाई दे के दीपू नूं ठीक तां करदे पए आ, नाले आपां लवप्रीत दा हुण घर वसाणा है, वापस थोड़ी ओनू लिया के इत्थे बिठाणा है। मैनूं ते इन्ना पता है भी मेरा ते मेरी धी दी ना किस्मत ही माड़ी है, पहले जिहड़े सी ओह माड़े टक्कर गए सी, हुण जिहड़े ने ओह शराबी टक्कर गए ने। मम्मी ताही ना असीं तुहाडे नाल कोई गल नहीं करदे, तुसीं तां एवें बस बोझ पा लैंदे हो इन्हां गल्लां दा, लवप्रीत अपने घरे मम्मी ठीक है, जे तुहानूं फिर भी नहीं यकीन हुंदा ना तां तुहाडी फोन ते गल करा दूंगी। कुड़ी मेरी इन्नी सियाणी हो गई है, ओह मां नूं झूठ बोलना भी सिख गई है, जे मैं हुणे फोन कीता ना उहने कहणा मां मैं ठीक हाँ, पर हुण तां मैनूं उहनूं मिल के चैन आणी है। चलो मम्मी इन्हां गल्लां दा हुण बोझ ना पाओ, दवाई खाओ ते रैसट कर लो, मैं लापे नाल फोन ते गल कर लैणा ते उहनूं कल ले आना तुहानूं मिल लैंदी आ के। धी ने घर आना होवे ते मां नूं कित्थे नींद आंदी है, हुण तां मैं वेट करदी पई आं वी मेरी धी कदों आवे मैनूं मिलण। चल उस्ताद मैं माड़ा कम जाके आना, तो तू माड़ा जैसन भाभी को जाया ते हाल चाल पुछिया, जे किसी चीज़ की लोड़ है तो उन्होंने कह फड़ा आने आप। तमन्ना भी गई स्कूल ते भी दुकान ते गए ने, हुण एवें करदी आं वीरे या भाभी नूं फोन करदी आं, उन्हां नूं सारी गल दस दिंदी आं, जे लकोऊंगी तां फिर बाद च औखा हुंदा। ओ की लोड पै गई सानूं फोन करन दी, असीं आप ही आ गए तेरे कोल। चाह पानी ले आवा। ओ ना ना तू बैठ, मैं ना रस्ते चो गन्ने दा रस पी के आई आ, तू पहला मैनू गल दस गल की होई है। वीरे तुसी मेरे तो 6 साल वड्डे हो, ते सच्ची सच्ची दस्यो जदों मैं होई सी ओदो भी इन्ने दुख दिते सी कि व्याह तो बाद दुख दे रही हां। ऐवें ना कमलिया गल्लां करी जाया कर, जिद्दां भैणां ना रब तो भरा मंगदियां ने ना, असीं दोनों भरावां ने रब तो भैण मंगी सीगी, ते तेरे आना ना घर च खुशियां ही आईयां सीगियां, नाले केड़ा दुखी कीता तू सानू, नाले हुण दस तेनूं केड़ा दुख है, आ बैठा नहीं तेरा भरा दूर करन। जे रोन नाल मसलियां दे हल होण लग जाना तां सारी दुनिया ही पिटण बह जावे, तू दुख दस पुत्त दुख की है। भरा भैण घर गेड़ा मारदा है कि भैण खुश होएगी, पर तुहानू मैं जिन्नी वार भी बुलाया है जां तुसीं आप आए हो मैं हमेशा दुखी रही हां। वीरे दुख इक होवे तां मैं दसां, दुख तां है ही बथेरे। पहला दुख ही सुन लो फिर वीरे, जिहड़ी तुसीं उस दिन दवाई फड़ा के गए सीगे ना उहने तां काम ही खराब कर दित्ता, मैं तां घबरा ही गई सी। ਪੁੱਤ ਗੱਲ ਤਾਂ ਦੱਸ ਗੱਲ ਹੋਈ ਕੀ ਹੈ, ਦੇਖ ਹੁਣ ਘਰ 'ਚ ਕੋਈ ਵੀ ਨਹੀਂ ਨਾ ਹੈਗਾ, ਖੁੱਲ੍ਹ ਕੇ ਗੱਲ ਕਰ, ਤੈਨੂੰ ਜਿਹੜਾ ਵੀ ਦੁੱਖ ਹੈ ਨਾ ਖੁੱਲ੍ਹ ਕੇ ਦੱਸੇਂਗੀ ਤਾਂ ਉਹਦਾ ਹੱਲ ਹੋਏਗਾ। ਵੀਰੇ ਉਸ ਦਿਨ ਮੈਂ ਇਹਨਾਂ ਨੂੰ ਦਵਾਈ ਪਾ ਕੇ ਦਿੱਤੀ, 2 ਬੁਰਕੀਆਂ ਹੀ ਖਾਧੀਆਂ, ਨਾਲ ਹੀ ਉਲਟੀ ਕਰਨ ਚਲੇ ਗਏ, ਜਦ ਨੂੰ ਮੈਂ ਪਾਣੀ ਲੈਣ ਚੱਲੀ ਸੀ ਦੇਖਿਆ ਕਿ ਬੇਹੋਸ਼ ਪਏ ਸੀਗੇ। ਭੱਜ ਕੇ ਗੁਆਂਢਣ ਨੂੰ ਬੁਲਾਇਆ, ਨਨਾਣ ਨੂੰ ਫੋਨ ਕੀਤਾ, ਫਿਰ ਉਹ ਦੋਵੇਂ ਵੀ ਆਈਆਂ ਅਤੇ ਡਾਕਟਰ ਨੂੰ ਵੀ ਬੁਲਾਇਆ, ਸਾਰਿਆਂ ਨੇ ਇਹੀ ਕਿਹਾ ਵੀਰੇ ਕਿ ਜਿੰਨੀ ਦੇਰ ਤੱਕ ਸ਼ਰਾਬ ਨਹੀਂ ਨਾ ਛੱਡਦੇ ਉਨੀ ਦੇਰ ਤੱਕ ਤਾਂ ਇਹਨਾਂ ਦੀ ਛਾਤੀ 'ਚ ਦਰਦ ਰਹੂਗਾ। ਦੇਖ ਲਾਪਰੀਤ, ਸ਼ਰਾਬ ਛਡਾਉਣੀ ਸੌਖੀ ਨਹੀਂ ਹੈਗੀ, ਨਾਲੇ ਜਿਹੜੀ ਦਵਾਈ ਦਿੱਤੀ ਹੈ ਨਾ ਉਹ ਤੇਜ਼ ਹੈ, ਇਹਨੂੰ ਤੂੰ ਦਵਾਈ ਜੇ ਜ਼ਿਆਦਾ ਪਾਈ ਸੀ ਨਾ ਤਾਂ ਘੱਟ ਕਰ ਦੇ, ਪਰ ਦਵਾਈ ਤਾਂ ਤੈਨੂੰ ਪੁੱਤ ਦੇਣੀ ਹੀ ਪੈਣੀ। ਨਾ ਵੀਰੇ ਮੈਂ ਹੁਣ ਹੋਰ ਰਿਸਕ ਨਹੀਂ ਲੈ ਸਕਦੀ, ਮੈਨੂੰ ਪਤਾ ਮੈਂ ਉਸ ਦਿਨ ਇਹਨਾਂ ਨੂੰ ਕਿਵੇਂ ਸਾਂਭਿਆ, ਜੇ ਬਾਈ ਚਾਂਸ ਕੋਈ ਇੰਨੀ ਇੱਕੀ ਹੋ ਜਾਂਦੀ ਸੱਸ ਤੇ ਨਨਾਣ ਨੇ ਤਾਂ ਇਹੀ ਕਹਿਣਾ ਸੀ ਨਾ ਕਿ ਤੂੰ ਸਾਡਾ ਮੁੰਡਾ ਮਾਰਿਆ, ਤੇ ਨੂੰਹਾਂ ਨੂੰ ਤਾਂ ਅੱਗੇ ਹੀ ਗਲਤ ਸਮਝਦੇ ਨੇ। ਜੀ ਮੇਰੀ ਗੱਲ ਸੁਣੋ, ਜਿੱਥੋਂ ਦਵਾਈ ਲੈ ਕੇ ਆਏ ਹੋ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਵੀ ਇਸ ਤੋਂ ਹਲਕੀ ਕੋਈ ਦਵਾਈ ਹੈਗੀ ਹੈ, ਵੀ ਇਹ ਜਿਹੜੀ ਮੁੰਡੇ 'ਤੇ ਜ਼ਿਆਦਾ ਹਾਵੀ ਹੋ ਗਈ, ਜਿੱਥੇ 3 ਮਹੀਨਿਆਂ 'ਚ ਆਰਾਮ ਆਉਣਾ ਉੱਥੇ 6 ਮਹੀਨਿਆਂ 'ਚ ਆ ਜਾਏ। ਦੇਖ ਰਾਧਿਕਾ, ਜਿੱਦਾਂ ਲੋਹੇ ਨੂੰ ਲੋਹਾ ਕੱਟਦਾ ਨਾ,
जहर नूं वी जहर नहीं कटना है, जिहड़ा जहर इह बाहरों पी के आंदा ते जिहड़ी दवाई असीं दिंदे आ इहने तां ही ठीक होणा है, नाले जिहड़ी इहदे अंदर कोई बीमारी होऊगी ना उहने वी बाहर आ जाणा। वीरे मैं तां दसना ही भुल गई, दवाई तां सुट दित्ती। तू पागल हो गई है लवप्रीत, एक वारी सुट्टन तों पहला फोन करके पुछ तां लैंदी, पता किन्नी महंगी आई सी दवाई। भाभी दवाई मैं थोड़ी ना सुट्टी है, ननान आई सी ਉਹਨੂੰ ਕਿਤੇ ਦਵਾਈ ਲੱਭ ਗਈ, ਮੈਂ ਤਾਂ ਸ਼ੀਸ਼ੀ ਚ ਲੁਕੋ ਕੇ ਰੱਖੀ ਹੋਈ ਸੀ, ਮੈਨੂੰ ਪਤਾ ਭਾਬੀ ਉਦੋਂ ਮੈਂ ਕਿਸ ਤਰ੍ਹਾਂ ਬਚੀ ਹਾਂ, ਤੇ ਜੇ ਬਾਈ ਚਾਂਸ ਮੈਂ ਉਹਨੂੰ ਕਹਿ ਦਿੰਦੀ ਕਿ ਮੈਂ ਸੁੱਟ ਦਿੰਦੀ ਹਾਂ ਫਿਰ ਉਹਨਾਂ ਨੂੰ ਸ਼ੱਕ ਹੋਣਾ ਸੀ, ਇਸ ਤੋਂ ਚੰਗਾ ਉਹ ਆਪ ਹੀ ਸੁੱਟ ਗਏ। ਨਹੀਂ ਭਾਬੀ ਹੁਣ ਇਹਨਾਂ ਨੂੰ ਹੋਰ ਦਵਾਈ ਨਹੀਂ ਦੇਣੀ, ਦੁੱਖ ਤਾਂ ਇਹਨਾਂ ਨੂੰ ਕਿਸੇ ਹੋਰ ਹੀ ਗੱਲ ਦਾ, ਜਿਵੇਂ ਤੁਸੀਂ ਕਹਿ ਕੇ ਗਏ ਸੀ ਕਿ ਇਹਨੂੰ ਪਿਆਰ ਨਾਲ ਪੁੱਛੀ, ਕੱਲ੍ਹ ਇਹ ਪੀ ਕੇ ਆਏ ਸੀਗੇ ਤਾਂ ਮੈਂ ਇਹਨਾਂ ਨੂੰ ਤਮੰਨਾ ਦੀ ਸੌਖ ਵਾਈ, ਫਿਰ ਪੁੱਛਿਆ ਕਿ ਤੁਹਾਨੂੰ ਕਿਸ ਗੱਲ ਦਾ ਦੁੱਖ ਹੈ, ਤਾਂ ਅਸਲ ਵਜ੍ਹਾ ਪਤਾ ਲੱਗੀ। ਵੀਰੇ ਵਜ੍ਹਾ ਤਾਂ ਇਹ ਹੈ ਕਿ ਇਹਨਾਂ ਦੀ ਕਰੋਨਾ ਦੀ ਪ੍ਰੋਪਰਟੀ ਹੈ ਜਿਹੜੀ ਕਿ ਇਹਨਾਂ ਦੇ ਵੱਡੇ ਭਰਾ ਤੇ ਸਿਰਫ ਮੰਮੀ ਦੇ ਨਾਮ ਹੈ, ਇਹਨਾਂ ਦੇ ਨਾਂ ਕੁਛ ਵੀ ਨਹੀਂ ਹੈਗਾ। ਅੱਛਾ ਦੀਪੂ ਦੇ ਨਾਂ ਕੁਛ ਵੀ ਨਹੀਂ, ਤੂੰ ਦੀਪੂ ਨੂੰ ਕਹਿਣਾ ਸੀਗਾ ਕਿ ਆਪਣੀ ਮਾਂ ਨਾਲ ਗੱਲ ਕਰੇ ਤੇ ਉਹਨਾਂ ਨੂੰ ਕਵੇ ਵੀ ਮੇਰਾ ਬਣਦਾ ਹਿੱਸਾ ਦਿਓ। ਭਾਬੀ ਪੁੱਛੋ ਨਾ, ਰਾਤ ਇੱਥੇ ਬੈਠ ਕੇ ਬਹੁਤ ਰੋਏ ਨੇ ਤੇ ਮੈਨੂੰ ਕਹਿੰਦੇ ਮੈਨੂੰ ਇਹੀ ਦੁੱਖ ਹੈ ਜਿਹਦੇ ਕਰਕੇ ਮੈਂ ਪੀਨਾ ਤੇ ਮੈਨੂੰ ਰਾਤ ਨੀਂਦ ਨਹੀਂ ਆਉਂਦੀ। ਚੱਲ ਕੋਈ ਗੱਲ ਨਹੀਂ, ਜੇ ਮਾਂ ਦੇ ਕੋਲ ਪ੍ਰੋਪਰਟੀ ਹੈ ਤਾਂ ਕਿਹੜੀ ਵੱਡੀ ਗੱਲ ਹੈ, ਜੇ ਭਰਾ ਨੇ ਆਪਣਾ ਹਿਸਾਬ ਲੈ ਲਿਆ ਹੋਇਆ ਤਾਂ ਠੀਕ ਹੈ, ਜਿਹੜੀ ਮਾਂ ਕੋਲ ਹੈ ਕੱਲ ਨੂੰ ਜੇ ਮਾਂ ਨੂੰ ਇਹਦੇ ਨੂੰ ਕੁਛ ਹੋਊਗਾ ਤੇ ਆਪੇ ਇਹਨੂੰ ਹਿੱਸਾ ਮਿਲ ਜੂਗਾ। ਵੀਰੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਦਿੱਲੀ ਚੱਲਦੇ ਹਾਂ ਤੇ ਇਹਨਾਂ ਦੇ ਭਰਾ ਨੂੰ ਸਮਝਾ ਆਉਂਦੇ ਹਾਂ, ਪਰ ਇਹਨਾਂ ਨੇ ਮਨਾ ਕਰ ਦਿੱਤਾ। ਚੱਲ ਕੋਈ ਗੱਲ ਨਹੀਂ ਲਵਪ੍ਰੀਤ, ਐਡਾ ਬੋਝ ਨਾ ਪਾ, ਜਦੋਂ ਅੱਜ ਰਾਤੀ ਦੀਪੂ ਦੁਕਾਨ ਤੋਂ ਆਏਗਾ ਨਾ ਤਾਂ ਉਹਨੂੰ ਕਹੀਂ ਵੀ ਆਪਣੀ ਮਾਂ ਨੂੰ ਬੁਲਾ ਤੇ ਉਹਨਾਂ ਬਹਿ ਕੇ ਗੱਲ ਕਰ ਤੇ ਆਪਣਾ ਹਿੱਸਾ ਮੰਗ, ਫਿਰ ਦੇਖ ਕੀ ਕਹਿੰਦਾ। ਲਵਪ੍ਰੀਤ ਦੀਪੂ ਨੂੰ ਪਹਿਲਾਂ ਨਾ ਇਹੀ ਗੱਲ ਕਹਿ ਕਿ ਹਿੱਸਾ ਲੈਣ ਤੋਂ ਪਹਿਲਾਂ ਸ਼ਰਾਬ ਛੱਡ, ਤਾਂ ਕਿ ਅਗਲੇ ਵੀ ਨਾ ਕਹਿ ਸਕਣ ਵੀ ਅਸੀਂ ਸ਼ਰਾਬੀ ਨੂੰ ਹਿੱਸਾ ਕਿਉਂ ਦਈਏ। ਭਾਬੀ ਇਹੀ ਗੱਲ ਤਾਂ ਇਹਨਾਂ ਨੂੰ ਮੈਂ ਕਹਿ ਰਹੀ ਸੀਗੀ ਕਿ ਸ਼ਰਾਬ ਛੱਡੋ ਤਾਂ ਹੀ ਹਿੱਸੇ ਦੀ ਗੱਲ ਕਰ ਸਕੋਗੇ, ਪਰ ਇਸ ਮੁੱਦੇ ਤੇ ਹਜੇ ਸਾਡੀ ਕੋਈ ਗੱਲਬਾਤ ਹੋਈ ਨਹੀਂ, ਸਵੇਰੇ ਇਹਨਾਂ ਦਾ ਮੂਡ ਆਫ ਸੀ ਤਾਂ ਫਟਾਫਟ ਦੁਕਾਨ ਤੇ ਚਲੇ ਗਏ, ਹੁਣ ਸ਼ਾਮ ਨੂੰ ਆਣਗੇ ਫਿਰ ਇਹਨਾਂ ਨਾਲ ਗੱਲ ਕਰ ਲਾਂਗੇ। ਚਲੋ ਜੀ ਤੁਸੀਂ ਗੱਡੀ ਕੱਢੋ, ਮੈਂ ਆਉਂਦੀ ਹਾਂ ਹੁਣੇ। ਗੱਡੀ ਤਾਂ ਮੈਂ ਕੱਢ ਲੈਣਾ, ਲਾਪੀ ਤੇ ਇੱਕ ਗੱਲ ਦੱਸ, ਜੇ ਸਾਰਾ ਕੁਛ ਸੱਸ ਦੇ ਹੱਥ ਹੈ ਫਿਰ ਰੋਜ਼ ਇਹ ਦਾਰੂ ਪੀਣ ਦੇ ਪੈਸੇ ਕਿੱਥੋਂ ਲੈ ਕੇ ਆਉਂਦਾ ਦੀਪੂ? ਵੀਰੇ ਦੁਕਾਨ ਤੇ ਇਹ ਜਿੰਨੀ ਵੀ ਕਮਾਈ ਕਰਦੇ ਨੇ ਸ਼ਾਮ ਨੂੰ ਉਧਰੋਂ ਉਧਰ ਸੱਸ ਆਉਂਦੀ ਹੈ ਤੇ ਗੱਲਾਂ ਹੀ ਲੈ ਜਾਂਦੀ ਹੈ, ਬਾਕੀ ਇਹਨਾਂ ਨੂੰ 500 ਰੁਪਇਆ ਜੇਬ ਖਰਚਾ ਦੇ ਦਿੰਦੀ ਹੈ ਤੇ ਸ਼ਾਮ ਨੂੰ। ਚੱਲ ਕੋਈ ਨਾ ਭੈਣ, ਟੈਨਸ਼ਨ ਨਾ ਲੈ, ਸਭ ਕੁਝ ਠੀਕ ਹੋ ਜਾਊਗਾ, ਆ ਜਾ ਉਸਤਾਦ ਮੈਂ ਗੱਡੀ ਕੱਢਦਾ। ਭਾਬੀ ਵੀਰਾ ਹੌਸਲਾ ਤਾਂ ਦੇ ਗਿਆ, ਪਰ ਵੀਰੇ ਦੇ ਚਿਹਰੇ ਤੇ ਸਾਫ਼ ਟੈਨਸ਼ਨ ਚ ਲੱਗਦੀ ਸੀ, ਪਤਾ ਨਹੀਂ ਹੋਰ ਕਿੰਨੀ ਕੁ ਦੇਰ ਤੁਸੀਂ ਮੇਰੀਆਂ ਟੈਨਸ਼ਨਾਂ ਝੱਲਣੀਆਂ ਨੇ। ਲਵਪ੍ਰੀਤ ਬਹੁਤਾ ਨਾ ਤੂੰ ਬੋਝ ਨਾ ਪਾਇਆ ਕਰ, ਸ਼ੁਰੂ ਤੋਂ ਤੂੰ ਭਰਜਾਈਆਂ ਨੂੰ ਰੜਕਦੀ ਸੀ, ਪਰ ਹੁਣ ਜ਼ਿਆਦਾ ਤੇਰਾ ਦੁੱਖ ਦੇਖਿਆ ਨਾ ਅਸੀਂ ਹਰ ਮੁਸੀਬਤ ਤੇ ਤੇਰੇ ਨਾਲ ਖੜੇ ਹਾਂ। ਚੱਲ ਠੀਕ ਹੈ ਲਵਪ੍ਰੀਤ, ਹੁਣ ਆਪਾਂ ਚੱਲਦੇ ਹਾਂ। ਨਨਾਣਾ ਨੂੰ ਤਾਂ ਬਸ ਭਾਬੀ ਇੰਨਾ ਕੀ ਆਸਰਾ ਹੁੰਦਾ ਕਿ ਉਹਨਾਂ ਦੀਆਂ ਭਾਬੀਆਂ ਉਹਨਾਂ ਨਾਲ ਖੜੀਆਂ ਨੇ, ਫਿਰ ਜਿਹੜੀ ਮਰਜ਼ੀ ਮੁਸੀਬਤ ਆਵੇ ਹੱਸ ਕੇ ਚੱਲ ਲੈਂਦੀ। ਕਿੱਦਾਂ ਫਿਰ ਠੀਕ ਹੈ? ਅੱਜ ਦਿਨ ਕਿੱਥੋਂ ਚੜ੍ਹੇ ਆਇਆ ਤੁਸੀਂ ਤੇ ਸੋਫੀ? ਬਸ ਪਹਿਲਾਂ ਕੋਈ ਦਰਦ ਸੁਣਨ ਵਾਲਾ ਸੀਗਾ ਨਹੀਂ, ਹੁਣ ਤੂੰ ਹੈਗੀ ਹੈ, ਹੁਣ ਸ਼ਰਾਬ ਦੀ ਕੀ ਲੋੜ ਹੈ? ਹੁਣ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਸ਼ਰਾਬ ਛੱਡ ਦੂੰਗਾ, ਪਰ ਕਿਤੇ ਵਿੱਚ ਵਿਚਾਲੇ ਪੀਣੇ ਪੈ ਵੀ ਗਈ, ਪਰ ਮੈਨੂੰ ਮਾਫ਼ ਕਰ ਦੀ। ਟੈਨਸ਼ਨ ਨਾ ਲਓ ਜੀ, ਸਭ ਕੁਝ ਠੀਕ ਹੋ ਜਾਏਗਾ ਤੇ ਤੁਹਾਨੂੰ ਸ਼ਰਾਬ ਦਾ ਸਾਰਾ ਲੈਣ ਦੀ ਲੋੜ ਵੀ ਨਹੀਂ ਪਏਗੀ। ਰੋਟੀ ਲਿਆ ਦੇ, ਮੈਨੂੰ ਭੁੱਖ ਬਹੁਤ ਲੱਗੀ ਹੈ। ਆਲੂ ਜੀ ਮੈਂ ਪਹਿਲੀ ਵਾਰੀ ਸਾਗ ਬਣਾਇਆ, ਖਾ ਕੇ ਦੱਸੋ ਕਿਵੇਂ ਦਾ ਬਣਿਆ? ਮਿਰਚਾਂ ਜ਼ਿਆਦਾ ਪੈ ਗਈਆਂ, ਕਰਾਲਾ ਬਣ ਗਿਆ, ਉਹ ਐਡਜਸਟ ਕਰ ਲਿਓ। ਤੇਰੇ ਹੱਥ ਦੀ ਬਣੀਆਂ ਚੀਜ਼ਾਂ ਨਾ ਸਵਾਦ ਹੀ ਹੁੰਦੀਆਂ, ਪਰ ਮੈਂ ਕਦੀ ਹੋਸ਼ ਵਿੱਚ ਹੀ ਨਹੀਂ ਸੀਗਾ। ਹਾਂਜੀ ਦੱਸੋ ਕਿੱਦਾਂ ਦਾ ਬਣਿਆ? ਨਹੀਂ ਮਿਰਚਾਂ ਤਾਂ ਨਹੀਂ ਹੈਗੀਆਂ, ਸਵਾਦ ਹੈ, ਪਰ ਦੋ ਰੋਟੀਆਂ, ਐਦਾਂ ਕਰ ਦੋ ਹੋਰ ਲਾ ਦੇ। ਤੁਸੀਂ ਤਾਂ ਇੱਕ ਖਾ ਲਓ, ਉਹੀ ਬਹੁਤ ਹੈ, ਚਾਰ ਕਿੱਥੋਂ ਖਾ ਲਓਗੇ? ਚਾਰ ਨਹੀਂ ਪੰਜ ਖਾ ਕੇ ਦਿਖਾਉਂਗਾ, ਹੁਣ ਮੈਂ ਬੱਚਿਆਂ ਵੱਲ ਤੇ ਜਨਾਨੀ ਵੱਲ ਪੂਰਾ ਧਿਆਨ ਦਊਂਗਾ, ਸ਼ਰਾਬ ਵੱਲ ਨਹੀਂ ਦੇਣਾ ਧਿਆਨ। ਚਲੋ ਠੀਕ ਹੈ।
ਮੈਂ ਇੱਕ ਗੱਲ ਪੁੱਛਣੀ ਸੀ ਆਪਾਂ ਦਿੱਲੀ ਚੱਲੀਏ ਤੁਹਾਡੇ ਭਰਾ ਨਾਲ ਗੱਲ ਕਰਨ ਜਗ੍ਹਾ ਬਾਰੇ ਦੇਖ ਲਾ ਪ੍ਰੀਤ ਅੱਜ ਮੇਰਾ ਮੂਡ ਹੈਗਾ ਵਧੀਆ ਆਪਾਂ ਇਹਨਾਂ ਦੇ ਮੁੱਦੇ ਤੇ ਗੱਲ ਨਹੀਂ ਕਰਨੀ ਗੱਲ ਆਪਾਂ ਕੱਲ ਕਰਾਂਗੇ ਤੂੰ ਰੋਟੀ ਬਣਾ ਕੇ ਲੈ ਕੇ ਆ ਚਲੋ ਠੀਕ ਹੈ ਸਵੇਰੇ ਕਰ ਲਾਂਗੇ ਇਸ ਮੁੱਦੇ ਤੇ ਗੱਲ ਮੈਂ ਰੋਟੀ ਲੈ ਕੇ ਆਉਂਦੀ ਲਾ ਪ੍ਰੀਤ ਇੱਕ ਮਿੰਟ ਗੱਲ ਸੁਣੀ ਹਾਂਜੀ ਦੱਸੋ ਜਿਹੜੇ ਪੈਸੇ ਮੈਂ ਸ਼ਰਾਬਾਂ ਛੁਡਾਉਂਦਾ ਰਿਹਾ ਨਾ ਉਹ ਹੁਣ ਪੈਸੇ ਘਰ ਆਊਗੇ ਆਪਦੀ ਦੁਕਾਨ ਹੋਣ ਦੇ ਬਾਵਜੂਦ ਵੀ ਮੈਨੂੰ ਸਿਰਫ ਆਹੀ ਮਿਹਨਤ ਮਿਲਦੀ ਹੈ ਅੱਲਾ ਇਹਨੂੰ ਸਾਂਭ ਕੇ ਰੱਖੀ ਜਾ ਫਿਰ ਹੁਣ ਰੋਟੀ ਬਣਾ ਦੇ ਹੋ ਲਵਪ੍ਰੀਤ ਕੀ ਹਾਲ ਆ